ਪੰਜਾਬ ਦੇ ਇਸੜੂ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਇੱਕ ਨੌਜਵਾਨ ਵੱਲੋਂ ਸੁੱਟੀ ਗਈ ਜੁੱਤੀ ਤੋਂ ਬਾਅਦ ਹੁਣ ਮੁੱਖ ਮੰਤਰੀ ਦੇ ਸਮਾਗਮਾਂ ਵਿੱਚ ਪੰਜਾਬ ਪੁਲਿਸ ਜੁੱਤੇ ਪਾ ਕੇ ਆਉਣ ਵਾਲੇ ਲੋਕਾਂ ਕੋਲੋਂ ਡਰਨ ਲੱਗੀ ਹੈ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਦੇ ਸਮਾਗਮਾਂ ਵਿੱਚ ਹੁਣ ਲੋਕਾਂ ਨੂੰ ਜੁੱਤੇ ਉਤਰਵਾ ਕੇ ਹੀ ਸ਼ਿਰਕਤ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਜ਼ਿਲ੍ਹਾ ਸੰਗਰੂਰ ਦੇ ਲੌਂਗੋਵਾਲ ਵਿੱਚ ਸ਼ਹੀਦ ਸੰਤ ਹਰਸ਼ੰਤ ਸਿੰਘ ਲੌਂਗੋਵਾਲ ਦੀ 29ਵੀਂ ਬਰਸੀ ਉੱਤੇ ਕਰਾਏ ਗਏ ਸੂਬਾ ਪੱਧਰੀ ਸਮਾਗਮ ਦੇ ਵਿੱਚ ਵੀ ਇਹੋ ਕੁਝ ਦੇਖਣ ਨੂੰ ਮਿਲਿਆ। ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਲੌਂਗੋਵਾਲ ਵਿੱਚ ਰਾਜੀਵ ਲੌਂਗੋਵਾਲ ਸਮਝੌਤੇ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 29ਵੀਂ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਪਰ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਿਛਲੇ ਦਿਨੀ ਸੁੱਟੀ ਗਈ ਜੁੱਤੀ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਸੀ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਅਤੇ ਜ਼ਿਲ੍ਹੇ ਦੇ ਹੋਰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੋਈ ਸੀ ਅਤੇ ਉਹਨਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪੰਜਾਬ ਦੇ ਇਸੜੂ ਵਿੱਚ ਮੁੱਖ ਮੰਤਰੀ ਤੇ ਪਿਛਲੇ ਦਿਨੀ ਸਿੱਟੇ ਗਏ ਜੁੱਤੇ ਤੋਂ ਬਾਅਦ ਘਬਰਾਈ ਹੋਈ ਪੰਜਾਬ ਪੁਲਿਸ ਦੇ ਨੌਜਵਾਨ ਸਮਾਗਮ ਵਿੱਚ ਪਹੁੰਚਣ ਵਾਲੇ ਹਰ ਵਿਅਕਤੀ ਦੀਆਂ ਜੁੱਤੀਆਂ ਸਮਾਗਮ ਦੇ ਬਾਹਰ ਉਤਰਵਾਉਂਦੇ ਹੋਏ ਨਜ਼ਰ ਆਏ। ਇੱਥੋਂ ਤੱਕ ਕਿ ਸਮਾਗਮ ਦੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਆਲਮ ਇਹ ਸੀ ਕਿ ਸਮਾਗਮ ਦੇ ਬਾਹਰ ਜੁੱਤਿਆਂ ਦੇ ਢੇਰ ਲੱਗ ਗਏ ਜਦਕਿ ਪੰਜਾਬ ਪੁਲਿਸ ਦੇ ਨੌਜਵਾਨ ਖੁਦ ਸਮਾਗਮ ਵਿੱਚ ਜੁੱਤੇ ਪਾ ਕੇ ਘੁੰਮ ਰਹੇ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ ਸਮਾਗਮ ਵਿੱਚ ਪੁਲਿਸ ਦੇ ਇਸ ਵਿਵਹਾਰ ਕਾਰਨ ਆਮ ਜਨਤਾ ਅਤੇ ਪੱਤਰਕਾਰ ਕਾਫੀ ਨਿਰਾਸ਼ ਨਜ਼ਰ ਆਏ। ਉਹਨਾਂ ਦਾ ਸਾਫ਼ ਕਹਿਣਾ ਸੀ ਪੰਜਾਬ ਸਰਕਾਰ ਇਸਰੂ ਵਿੱਚ ਜੁੱਤੀ ਸੁੱਟਣ ਵਾਲੇ ਨੌਜਵਾਨ ਵੱਲੋਂ ਚੁੱਕੇ ਗਏ ਮੁੱਦੇ ਦੀ ਬਜਾਏ ਪੰਜਾਬ ਪੁਲਿਸ ਦੇ ਜ਼ਰੀਏ ਆਮ ਜਨਤਾ ਤੋਂ ਜੁੱਤੇ ਉਤਰਵਾ ਕੇ ਗਲਤ ਸੰਦੇਸ਼ ਦੇ ਰਹੀ ਹੈ ਅਤੇ ਅਜਿਹਾ ਹਰਗਿਜ਼ ਨਹੀਂ ਹੋਣਾ ਚਾਹੀਦਾ। ਸਾਨੂੰ ਇਹ ਲੱਗਦਾ ਸਰਕਾਰ ਨੂੰ ਆਪਣਿਆਂ ਤੋਂ ਖਤਰਾ ਹੈ। ਅੱਜ ਹਾਲਾਤ ਇਹ ਨੇ ਕਿ ਫਰੀਡਮ ਫਾਈਟਰ ਨੂੰ ਬੁਲਾ ਕੇ ਉਹਨਾਂ 'ਤੇ ਸ਼ੱਕ ਕਰਨਾ, ਉਹਨਾਂ ਨੂੰ ਸਟੇਜ ਦੇ ਲਵੇ ਨਾਲ ਪਹੁੰਚਣ ਦੇਣਾ, ਅਤੇ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ। ਇੱਕ ਮੈਂਬਰ ਨੇ ਕਿਸੇ ਨੇ ਗਲਤੀ ਨਾਲ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਆਪਣਾ ਮੁੱਦਾ ਚੱਕਿਆ ਸੀਗਾ, ਉਹਦਾ ਮਕਸਦ ਜੁੱਤਾ ਮਾਰਨ ਨੂੰ ਕਿਹਾ ਵੀ ਹੈ ਵੀ ਮੇਰਾ ਮਕਸਦ ਜੁੱਤਾ ਮਾਰਨਾ ਨਹੀਂ ਸੀ, ਮੇਰਾ ਮਕਸਦ ਸਰਕਾਰ ਨੂੰ ਜਗਾਉਣਾ ਹੈ। ਉਹ ਮਸਲੇ ਸੀ ਉਹਨਾਂ ਨੂੰ ਹੱਲ ਕਰ ਦੇਣਾ ਸਭ ਤੋਂ ਵੱਡੀ ਗੱਲ ਸੀ, ਪਰ ਪਬਲਿਕ ਤੋਂ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਵੋਟਾਂ ਪਾ ਕੇ ਮੰਤਰੀ ਬਣਾਉਂਦੇ ਨੇ, ਉਹਨਾਂ 'ਤੇ ਸ਼ੱਕ ਕਰਨਾ ਬਹੁਤ ਵੱਡੀ ਗਲਤੀ ਹੈ ਇਹਨਾਂ ਦੀ। ਪਿਛਲੇ ਲੰਮੇ ਸਮੇਂ 'ਤੇ ਅਸੀਂ ਇਸ ਸੰਤ ਲੌਂਗੋਵਾਲ ਦੀ ਕਵਰੇਜ ਕੇ ਲਈ ਆਤੇ ਹੈ, ਕਭੀ ਐਸਾ ਨਹੀਂ ਦੇਖਾ ਗਿਆ। ਔਰ ਜੋ ਜੁੱਤੇ ਉਤਰਵਾਏ ਗਏ ਹੈ, ਮੈਂ ਸਮਝਦਾ ਹੂੰ ਕਿ ਪੱਤਰਕਾਰਾਂ ਕੋ ਸ਼ੱਕ ਦੀ ਨਜ਼ਰ ਨਾਲ ਦੇਖਣਾ ਬਹੁਤ ਹੀ ਗਲਤ ਬਾਤ ਹੈ। 1988 ਤੋਂ ਮੈਂ ਇੱਥੇ ਤਕਰੀਬਨ ਹਰ ਸਾਲ ਆਉਂਦੇ ਹਾਂ ਅਸੀਂ। ਅੱਜ ਜਿਹੜਾ ਹੋਇਆ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਬਹੁਤ ਥੋੜ੍ਹੀ ਹੈ। ਇੱਕ ਤਰ੍ਹਾਂ ਨਾਲ ਪੱਤਰਕਾਰਾਂ ਨੂੰ ਸਮੁੱਚੀ ਸ਼ੱਕ ਦੀ ਨਿਗਾਹ ਨਾਲ ਦੇਖਣਾ, ਇਹ ਇੱਕ ਤਰ੍ਹਾਂ ਲੱਗਦਾ ਵੀ ਜੇ ਕਿਸੇ ਇੱਕ ਵਿਅਕਤੀ ਨੇ ਉੱਥੇ ਨਿੱਕੀ ਮੋਟੀ ਗਲਤੀ ਕਰ ਲਈ ਉਹਦੀ ਸਜ਼ਾ ਘੱਟੋ ਘੱਟ ਪੱਤਰਕਾਰਾਂ ਨੂੰ ਹੋਣੀ ਚਾਹੀਦੀ। ਹਾਂ, ਜੇ ਕੋਈ ਸਤਿਕਾਰ ਵਜੋਂ ਆਪਣੇ ਆਪ ਲਾ ਕੇ ਜਾਂਦਾ ਜੇ ਉਹਨੂੰ ਗਲਤ ਤਾਂ ਠੀਕ ਮੰਨਿਆ ਜਾ ਸਕਦਾ, ਇਹ ਕਹਿਣਾ ਕਿ ਜੁੱਤੇ ਲਾ ਕੇ ਜਾਓ ਇਹ ਗੱਲ ਬਿਲਕੁਲ ਠੀਕ ਨਹੀਂ। ਉਧਰ ਇਸ ਮਾਮਲੇ ਬਾਰੇ ਜਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਗਈ ਤਾਂ ਉਹ ਇਸ ਗੱਲ ਨੂੰ ਟਾਲਦੇ ਹੋਏ ਨਜ਼ਰ ਆਏ, ਪਰ ਉਹਨਾਂ ਨੇ ਇੰਨਾ ਜ਼ਰੂਰ ਕਿਹਾ ਕਿ ਅੱਗੇ ਤੋਂ ਅਜਿਹਾ ਕੁਝ ਵੀ ਨਹੀਂ ਹੋਏਗਾ। ਮੈਂ ਤਾਂ ਕਿਹਾ ਸੀ ਤੁਹਾਨੂੰ, ਮੈਂ ਜਿਹੜੀ ਗੱਲ ਹੋਵੇ, ਇੱਕ ਹੁੰਦਾ ਇਮੋਸ਼ਨਲੀ ਕੋਈ ਬੰਦਾ ਕਰ, ਇੱਕ ਪਾਰਟੀ ਨੇ ਆਰਗੇਨਾਈਜ਼ ਤੌਰ 'ਤੇ ਕਰਨਾ, ਸਮਝੇ ਨਾ। ਜੇ ਪਾਰਟੀਆਂ ਇਹ ਕਰਨ ਲੱਗ ਜਾਣ, ਪਰ ਅਸੀਂ ਕਰਨ ਲੱਗ ਜਾਈਏ, ਕਰਨ ਨੂੰ ਕੋਈ ਦੂਜੀ ਪਾਰਟੀ ਦਾ ਲੀਡਰ ਆਵੇ, ਅਸੀਂ ਆਖੀਏ ਤੁਸੀਂ ਜੁੱਤੀਆਂ ਮਾਰੋ ਜਾਂ ਕੋਈ ਹੋਰ ਹੋਵੇ, ਉਹ ਨਹੀਂ ਚੰਗਾ ਲੱਗਦਾ। ਇਹ ਉਹ ਆਮ ਮੰਨਦੇ ਆ ਕਿ ਅਸੀਂ ਆਮ ਆਦਮੀ ਦੇ ਮੇਨ ਵਰਕਰ, ਤੁਸੀਂ ਤਾਂ ਜਾਣਦੇ ਹੋ ਤੁਹਾਡੇ ਇੱਥੇ ਪਾਰਟੀਆਂ ਦਾ ਕੰਮ ਨਹੀਂ ਹੈ। ਇੰਡੀਵਿਜੁਅਲ ਕੋਈ ਕਰ ਜੇ, ਚਲੋ ਕੋਈ ਨਹੀਂ, ਇਮੋਸ਼ਨਲ ਹੋ ਗਿਆ ਕਈ ਵਾਰੀ, ਬੰਦਾ ਇਮੋਸ਼ਨਲ ਹੋ ਕੇ ਕਿਸੇ ਨੂੰ ਮਾਰ ਵੀ ਦਿੰਦਾ, ਉਹ ਨਹੀਂ ਗੱਲ। ਲੇਕਿਨ ਇਸ ਗੱਲ ਨੂੰ ਵੀ ਤੁਹਾਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਿਹੜੇ ਪਾਰਟੀਆਂ ਇਹ ਕੰਮ ਕਰਾਉਂਦੀ ਉਹ ਚੰਗਾ, ਜੇ ਤਾਂ ਪਾਰਟੀਆਂ ਇਹ ਚੰਗਾ ਕੰਮ ਹੈ ਤਾਂ ਵੀ ਦੱਸ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਜਦੋਂ ਤੋਂ ਨੌਜਵਾਨ ਵੱਲੋਂ ਜੁੱਤਾ ਸੁੱਟਿਆ ਗਿਆ ਹੈ ਉਦੋਂ ਤੋਂ ਮੁੱਖ ਮੰਤਰੀ ਦੇ ਸਮਾਗਮਾਂ ਵਿੱਚ ਸੁਰੱਖਿਆ ਇੰਤਜ਼ਾਮ ਕੁਛ ਅਜੀਬੋ ਗਰੀਬ ਜ਼ਰੂਰ ਹੋ ਗਏ ਨੇ, ਪਰ ਹੁਣ ਦੇਖਣਾ ਹੋਏਗਾ ਕਿ ਜੁੱਤੀ ਦਾ ਇਹ ਫੋਬੀਆ ਪੰਜਾਬ ਪੁਲਿਸ ਦੇ ਸਿਰ ਤੋਂ ਕਦੋਂ ਲੱਗਦਾ ਹੈ। ਸੰਗਰੂਰ ਤੋਂ ਨਵਲ ਗਰਗ ਨਾਲ ਕੌਮਿਤਾ ਮਿਨਹਾਸ, ਡੀਐਨ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।